ਪਿੰਡ ਬੜਬਰ ਕੋਲ ਨੈਸ਼ਨਲ ਹਾਈਵੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀ ਫਸਲ ਡੁੱਬ ਗਈ ਹੈ। ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਹਰ ਸਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ। ਕਿਸਾਨਾਂ ਵੱਲੋਂ ਵਾਰ ਵਾਰ ਸੰਬੰਧਿਤ ਵਿਭਾਗ ਨੂੰ ਲਿਖਿਆ ਗਿਆ ਹੈ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਪੀੜਤ ਕਿਸਾਨਾਂ ਨੇ ਬਰਨਾਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਦਾ ਸਹੀ ਪ੍ਰਬੰਧ ਕਰਕੇ ਉਹਨਾਂ ਦੇ ਡੁੱਬ ਰਹੀਆਂ ਫਸਲਾਂ ਨੂੰ ਬਚਾਇਆ ਜਾਵੇ। ਬਰਨਾਲਾ ਤੋਂ ਬਿਕਰਮ ਧਨੌਲਾ ਦੀ ਰਿਪੋਰਟ। ਜਦੋਂ ਵੀ ਬਰਸਾਤ ਆਉਂਦੀ ਆ, ਕੁਝ ਲੋਕਾਂ ਵਾਸਤੇ ਚੰਗੀ ਹੁੰਦੀ ਆ, ਕੁਝ ਲੋਕਾਂ ਵਾਸਤੇ ਮਾੜੀ ਹੁੰਦੀ ਆ ਜੀ। ਹੁਣ ਅਸੀਂ ਇਸ ਟਾਈਮ ਜਿਹੜਾ ਨੈਸ਼ਨਲ ਹਾਈਵੇ ਆ ਉੱਥੇ ਖੜ੍ਹੇ ਹਾਂ। ਸਰਕਾਰ ਨੇ ਸੜਕਾਂ ਬਣਾ ਦਿੱਤੀਆਂ ਉੱਚੀਆਂ ਉੱਚੀਆਂ, ਅਤੇ ਜਿਹੜੇ ਖੇਤਾਂ ਦੇ ਲੈਵਲ ਸੀਗੇ ਉਹ ਨੀਵੇਂ ਰਹਿ ਗਏ। ਕਿਤੇ ਨਾ ਕਿਤੇ ਤਰੱਕੀ ਤਾਂ ਹੋਈ ਹੈ, ਪਰ ਇਸ ਤਰੱਕੀ ਨੇ ਕਿਸਾਨਾਂ ਨੂੰ ਥੋੜ੍ਹਾ ਜਿਹਾ ਮੁਸ਼ਕਿਲ ਦੇ ਵਿੱਚ ਵੀ ਪਾਇਆ ਆ। ਕਿਸਾਨਾਂ ਦੀਆਂ ਕੀ ਕੀ ਮੁਸ਼ਕਿਲਾਂ ਨੇ ਅੱਜ ਅਸੀਂ ਇਹ ਜਾਣਨ ਵਾਸਤੇ ਬੜਬਰ ਦੇ ਜਿਹੜਾ ਹਾਈਵੇ ਆ ਸੰਗਰੂਰ ਤੋਂ ਬਰਨਾਲੇ ਵਾਲਾ, ਉੱਥੇ ਬੜਬਰ ਪਿੰਡ ਦੇ ਕੋਲ ਖੜ੍ਹੇ ਹਾਂ। ਨਜ਼ਦੀਕ ਹੀ ਟੋਲ ਪਲਾਜ਼ਾ ਆ, ਉੱਥੇ ਅਸੀਂ ਪਹੁੰਚੇ ਹੋਏ ਹਾਂ। ਸਾਡੇ ਨਾਲ ਕੁਛ ਕਿਸਾਨ ਵੀਰ ਵੀ ਜਿਹੜੇ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਕੀ ਜਿਹੜੀਆਂ ਮੁਸ਼ਕਿਲਾਂ ਨੇ ਆਓ ਦੇਖਦੇ ਹਾਂ ਜੀ। ਹਾਂਜੀ, ਸਾਡੇ ਨਾਲ ਬੜਬਰ ਦੇ ਕੁਛ ਕਿਸਾਨ ਵੀਰ ਨੇ ਜਿਹੜੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਪਾਣੀ ਦੇ ਨਾਲ ਜਿਹੜੀ ਹੁਣ ਬਰਸਾਤ ਹੋਈ, ਇਹਦੇ ਨਾਲ ਕੁਛ ਨਾ ਕੁਛ ਮੁਸ਼ਕਿਲ ਆਈ ਹੈ ਜੀ। ਆਪ ਪੁੱਛਦੇ ਉਹਨਾਂ ਨੂੰ ਕੀ ਮੁਸ਼ਕਿਲ ਦਾ ਜਿਹੜੀ ਉਹਨਾਂ ਦੀ ਹੈਗੀ ਹੈ ਜੀ। ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਜੀ ਗੁਰਮੀਤ ਸਿੰਘ ਕਾਕਾ, ਪਿੰਡ ਬੜਬਰ ਜੀ। ਇਹ ਮੇਰਾ ਖੇਤ ਹੈ ਜਿਸ ਦੇ ਵਿੱਚ ਇਹ ਪਾਣੀ ਪੈ ਰਿਹਾ ਜੀ। ਅਸੀਂ ਇਹ ਪਿੰਡ ਦਾ ਜਿਹੜਾ ਬਰਸਾਤੀ ਪਾਣੀ ਹੈ ਜੀ, ਉਹ ਪਾਣੀ ਹੈ ਪਿੰਡ ਦਾ, ਜਿੰਨਾ ਵੀ ਗੰਦਾ ਜਾਂ ਬਰਸਾਤੀ ਪਾਣੀ ਹੈ ਘਰਾਂ ਦਾ, ਉਹ ਡੇਲੀ ਆ ਕੇ ਇੱਥੇ ਡਿੱਗਦਾ ਜੀ, ਇੱਥੇ ਹੀ ਪੈ ਰਿਹਾ। ਜਿਸ ਦੇ ਲਈ ਵਾਰ ਵਾਰ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਹੈ ਕਰੀ ਹੈ ਅਸੀਂ, ਪਰ ਉਹਦੀ ਕੋਈ ਸੁਣਵਾਈ ਨਹੀਂ ਹੋਈ। ਨਹੀਂ, ਪਰ ਜਿਹੜੇ ਇਹਨਾਂ ਨੇ ਰੋਡ ਵਾਲਿਆਂ ਨਾਲ ਨਾਲੇ ਬਣਾਏ, ਉਹਨਾਂ ਨਾਲ ਨਿਕਾਸ ਨਹੀਂ ਹੋ ਰਿਹਾ ਪਾਣੀ ਦਾ? ਜਿਹੜੇ ਰੋਡ ਵਾਲਿਆਂ ਨੇ ਨਾਲੇ ਬਣਾਏ ਨੇ ਜੀ, ਉਹ ਸਿਰਫ ਬਰਸਾਤੀ ਪਾਣੀ ਵਾਸਤੇ ਬਣਾਏ ਸੀ। ਜਿੱਥੇ ਇਹ ਡਿਵਾਈਡਰ ਖਤਮ ਹੁੰਦਾ ਉੱਥੇ ਉਹਨਾਂ ਨੇ ਇੱਕ ਆਪਣੇ ਬੋਰ ਕੀਤੇ ਨੇ ਕਿ ਜਿਹੜਾ ਬਰਸਾਤੀ ਪਾਣੀ ਆ ਸਿਰਫ ਸੜਕ ਦਾ, ਬੱਸ ਸਟੈਂਡ ਬੜਬਰ ਤੋਂ ਲੈ ਕੇ ਟੋਲ ਪਲਾਜ਼ਾ ਤੱਕ ਉਹ ਪਾਣੀ ਇਹਦੇ ਵਿੱਚ ਪਊਗਾ ਬੋਰ ਦੇ। ਪਰ ਲਿਹਾਜ਼ ਹੋ ਕੀ ਰਿਹਾ ਜੀ, ਜਿਹੜਾ ਪਿੰਡ ਦਾ ਜਿੰਨਾ ਵੀ ਗੰਦਾ ਪਾਣੀ ਹੈ ਉਹ ਸਾਰਾ ਬੋਰ ਦੇ ਵਿੱਚ ਜਾ ਰਿਹਾ, ਬੋਰ ਦੇ ਵਿੱਚ ਜਾਣ ਕਰਕੇ ਬੋਰ ਬਲੌਕ ਹੋ ਗਿਆ, ਅਤੇ ਹੁਣ ਜਿਹੜੀ ਬਾਰਿਸ਼ ਹੋਈ ਹੈ ਉਹ ਬਾਰਿਸ਼ ਦੇ ਨਾਲ ਇਹ ਨਾਲੇ ਵਿੱਚ ਪਿੰਡ ਦਾ ਪਾਣੀ ਤਾਂ ਪਹਿਲਾਂ ਹੀ ਆ ਰਿਹਾ ਸੀ, ਕੁਝ ਬਾਰਿਸ਼ ਦਾ ਹੋ ਗਿਆ ਜੀ, ਉਹ ਸਾਰਾ ਪਾਣੀ ਆ ਗਿਆ, ਝੋਨਾ ਤੁਹਾਡੇ ਸਾਹਮਣੇ ਆ ਸਾਰਾ ਡੁੱਬਿਆ ਪਿਆ। ਕਦੇ ਤੁਸੀਂ ਇਹਦੇ ਨਾਲ ਇਸ ਸੰਬੰਧ ਪ੍ਰਸ਼ਾਸਨ ਨਾਲ ਕਦੇ ਕੋਈ ਗੱਲ ਕੀਤੀ ਜੀ? ਸਰ ਜੀ, ਅਸੀਂ 2 ਸਾਲ ਤੋਂ ਲਗਭਗ ਸਮਾਂ ਹੋ ਗਿਆ ਸਾਨੂੰ ਪ੍ਰਸ਼ਾਸਨ ਦੀਆਂ ਮਿੰਨਤਾਂ ਕਰਦਿਆਂ ਨੂੰ, ਜਿਹਦੇ ਵਿੱਚ ਅਸੀਂ ਇੱਕ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਚਿੱਠੀ ਕੱਢੀ ਸੀ ਵੀ ਜਿਹੜਾ ਪਿੰਡ ਦਾ ਗੰਦਾ ਪਾਣੀ ਹੈ ਉਹ ਬੋਰ ਜਿਹੜੇ ਟੋਲ ਪਲਾਜ਼ੇ ਵਾਲਿਆਂ ਨੇ ਕਰੇ ਨੇ ਬਰਸਾਤੀ ਪਾਣੀ ਲਈ, ਉਹਨਾਂ ਦੇ ਵਿੱਚ ਜਾ ਕੇ ਇੱਕ ਤਾਂ ਗਰਾਊਂਡ ਵਾਟਰ ਖਰਾਬ ਹੋ ਰਿਹਾ ਵੀ ਤੁਸੀਂ ਆਪਣੇ ਲੈਵਲ 'ਤੇ ਇਹਦੀ ਕਾਰਵਾਈ ਕਰੋ। ਦੂਜੀ ਇਹ ਵੀ ਸੰਬੰਧਿਤ ਮਹਿਕਮੇ ਨੂੰ ਹਦਾਇਤ ਕਰੋ ਕਿ ਸਾਡਾ ਜਿਹੜਾ ਪਿੰਡ ਦਾ ਪਾਣੀ ਹੈ ਉਹਦਾ ਨਿਕਾਸ ਕੀਤਾ ਜਾਵੇ ਅਤੇ ਇਹ ਬੋਰ 'ਚ ਸਿਰਫ ਬਰਸਾਤੀ ਪਾਣੀ ਪਵੇ। ਜਿਸ ਦੇ ਲਈ ਅਸੀਂ ਲਿਖਤੀ ਰੂਪ ਦੇ ਵਿੱਚ ਚਿੱਠੀ ਕਾਹਨ ਸਿੰਘ ਪੰਨੂ ਜੀ ਦੇ ਆਫਿਸ ਵਿੱਚ ਭੇਜ ਚੁੱਕੇ ਹਾਂ, CM ਨੂੰ ਚਿੱਠੀ ਭੇਜ ਚੁੱਕੇ ਹਾਂ, PM ਨੂੰ ਚਿੱਠੀ ਭੇਜ ਚੁੱਕੇ ਹਾਂ। ਹਫ਼ਤਾ ਹੋ ਗਿਆ, ਸਾਡੀ DC ਸਾਹਿਬ ਨਾਲ ਅਤੇ SDM ਸਾਹਿਬ ਨਾਲ ਮੀਟਿੰਗ ਵੀ ਹੋਈ ਸੀ ਇਸ ਦੇ ਸੰਬੰਧ ਵਿੱਚ, ਪਰ ਕੋਈ ਕਾਰਵਾਈ ਨਹੀਂ ਹੋਈ ਹੈਗੀ ਜੀ। ਹਾਲਾਂਕਿ ਮੈਂ ਖੁਦ ਕਾਹਨ ਸਿੰਘ ਪੰਨੂ ਜੀ ਦੇ ਆਫਿਸ ਵਿੱਚ ਫੋਨ ਕੀਤਾ ਸੀ
ਉਹਨਾਂ ਦੇ ਉੱਥੇ ਕਿਸੇ ਪੀਏ ਨੇ ਫੋਨ ਚੱਕਿਆ ਅਤੇ ਸਾਨੂੰ ਇੱਕ ਬਰਨਾਲੇ ਦੇ ਆਫਿਸਰ ਦਾ ਨੰਬਰ ਦਿੱਤਾ ਸੀ ਜਿਹਦੇ ਨਾਲ ਬਕਾਇਦਾ ਮੇਰੀ ਵਟਸਐਪ 'ਤੇ ਵੀ ਅਤੇ ਉਹਨਾਂ ਨੂੰ ਮੈਂ ਚਿੱਠੀ ਭੇਜੀ, ਮੇਰੀ ਬਾਏ ਫੋਨ ਉਹਨਾਂ ਨਾਲ ਗੱਲ ਹੋਈ, ਉਹਨਾਂ ਨੇ ਦੋ ਮੈਂਬਰੀ ਇੱਕ ਕਮੇਟੀ ਭੇਜੀ ਸੀ ਇੱਥੇ, ਆਪਣੇ ਦੋ ਬੰਦੇ ਆਏ ਸੀ, ਸਾਨੂੰ ਭਰੋਸਾ ਦਵਾ ਕੇ ਵੀ ਅਸੀਂ ਕਰ ਦਾਂਗੇ ਇਹਦਾ ਹੱਲ, ਪਰ ਦੋ ਮਹੀਨੇ ਬੀਤ ਗਏ ਜੀ, ਕੋਈ ਕਾਰਵਾਈ ਨਹੀਂ ਹੋਈ। ਲਿਹਾਜ਼ਾ ਹੁਣ ਜਿਹੜਾ ਪਿੰਡ ਦਾ ਪਾਣੀ ਹੈ ਗੰਦਾ, ਉਹ ਆ ਕੇ ਜਿਹੜਾ ਬੋਰ ਆ ਉਹ ਤਾਂ ਬੰਦ ਹੋ ਗਿਆ ਜੀ, ਅਤੇ ਉਹ ਬੋਰ ਬੰਦ ਹੋਣ ਦੀ ਵਜ੍ਹਾ ਨਾਲ ਜਿਹੜਾ ਪਿੰਡ ਦਾ ਪਾਣੀ ਇਸ ਟਾਈਮ ਸੀਗਾ ਗੰਦਾ ਪਾਣੀ ਅਤੇ ਨਾਲ ਬਰਸਾਤੀ ਪਾਣੀ, ਉਹ ਸਾਰਾ ਇਹ ਨਾਲੇ ਦੇ ਵਿੱਚ ਓਵਰਫਲੋ ਹੋ ਕੇ ਇਹ ਫਸਲਾਂ ਨੂੰ ਖਰਾਬ ਕਰ ਰਿਹਾ। ਹਾਲੇ 4 ਦਿਨ ਹੋਏ ਨੇ ਜੀ ਝੋਨਾ ਲਾਏ ਨੇ। ਅਤੇ ਜੀ ਇਸ ਸੰਬੰਧ ਜਿਹੜਾ ਪਿੰਡ ਦਾ ਗੰਦਾ ਪਾਣੀ ਆ ਉਹਦੇ ਲਈ ਤੁਸੀਂ ਪਿੰਡ ਦੀ ਪੰਚਾਇਤ ਜਿਹੜੀ ਵੜਵਰ ਦੀ ਉਹਦੇ ਨਾਲ ਸੰਪਰਕ ਕੀਤਾ? ਅਸੀਂ ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਹੈਗਾ ਜੀ, ਕਿਉਂਕਿ ਜਦੋਂ ਇਹ ਬੋਰ ਦੇ ਵਿੱਚ ਪਾਣੀ ਗੰਦਾ ਪਿੰਡ ਦਾ ਪੈ ਰਿਹਾ ਸੀਗਾ ਜੀ, ਅਸੀਂ ਪ੍ਰਸ਼ਾਸਨ ਨੂੰ ਸਿੱਧਾ ਬੁਲਾਇਆ ਸੀ, ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਵਾਇਆ ਸੀ ਅਸੀਂ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕਰਕੇ ਪਿੰਡ ਦਾ ਜਿਹੜਾ ਨਿਕਾਸ ਹੈ ਪਾਣੀ ਦਾ ਉਹ ਅਲੱਗ ਕਰਵਾਵਾਂਗੇ, ਇਹਦੇ ਵਿੱਚ ਸਿਰਫ ਬਰਸਾਤੀ ਪਾਣੀ ਪਊਗਾ। ਪਰ ਅਜਿਹਾ ਕੁਝ ਨਹੀਂ ਹੋਇਆ, ਉਹ ਪਿੰਡ ਦਾ ਗੰਦਾ ਪਾਣੀ ਜਾ ਕੇ ਲਿਫਾਫੇ ਵਗੈਰਾ ਜੋ ਵੀ ਸੀ ਉਹ ਬੋਰ ਬਲੌਕ ਹੋ ਗਿਆ, ਅਤੇ ਜਿਹੜਾ ਹੁਣ ਇਹ ਪਾਣੀ ਬਰਸਾਤ ਦਾ ਅਤੇ ਪਿੰਡ ਦਾ ਉਹ ਸਾਰਾ ਫਸਲਾਂ 'ਚ ਪੈਣ ਲੱਗ ਗਿਆ ਜੀ। ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਇਹ 'ਤੇ ਜਲਦ ਤੋਂ ਜਲਦ ਕਾਰਵਾਈ ਕਰੀ ਜਾਵੇ, ਨਹੀਂ ਮਤਲਬ ਸਾਨੂੰ ਮਜਬੂਰ ਹੋ ਕੇ ਜਿਹੜਾ ਇਹ ਡਰੇਨ ਸਾਡੇ ਖੇਤਾਂ ਦੇ ਬਰਾਬਰ ਬਣਿਆ ਜੀ ਨਾਲਾ, ਇਹ ਸਾਨੂੰ ਮਿੱਟੀ ਨਾਲ ਬੰਦ ਕਰਨਾ ਪਊ। ਜੇ ਅਸੀਂ ਇਹ ਮਿੱਟੀ ਨਾਲ ਬੰਦ ਕਰਦੇ ਹਾਂ ਤਾਂ ਜਿਹੜੇ ਪਿੱਛੇ ਕਿਸਾਨ ਨੇ ਉਹਨਾਂ ਦੀਆਂ ਫਸਲਾਂ 'ਚ ਪਾਣੀ ਪਊਗਾ, ਜਦੋਂ ਉਹਨਾਂ ਦੀਆਂ ਫਸਲਾਂ 'ਚ ਪਾਣੀ ਪਊਗਾ ਤਾਂ ਉਹ ਬੰਨ ਖੋਲ੍ਹਣ ਆਉਣਗੇ ਜੀ, ਜਿਸ ਕਰਕੇ ਕੋਈ ਆਪਸੀ ਕਿਸਾਨਾਂ ਜਾਂ ਭਾਈਚਾਰਾ ਜਿਹੜਾ ਉਹਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਪਹੁੰਚੂਗਾ, ਲੜਾਈ ਪੜ੍ਹਾਈ ਵੀ ਹੋ ਸਕਦੀ ਹੈ, ਕਿਸੇ ਦੀ ਜਾਨ ਜਾ ਸਕਦੀ ਹੈ, ਜਿਸ ਦਾ ਜ਼ਿੰਮੇਵਾਰ ਹੈ ਉਹ ਬਰਨਾਲਾ ਪ੍ਰਸ਼ਾਸਨ ਹੋਊਗਾ। ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਬਸ ਇੱਕੋ ਹੀ ਬਿਆਨ ਸਾਰਿਆਂ ਦਾ, ਇੱਕੋ ਹੀ ਨਹੀਂ ਜੀ, ਫਸਲ ਤਾਂ ਸਾਡੀ ਵੀ ਉੱਨੀ ਨਾਲ ਹੀ ਖਰਾਬ ਹੁੰਦੀ ਹੈ ਜੀ, ਅਤੇ ਜਿੰਨੇ ਵੀ ਲੈਟਰ ਨੇ ਸਾਰੇ ਸਾਡੇ ਕੋਲ ਮੌਜੂਦਾ ਪਏ ਨੇ, ਬਕਾਇਦਾ ਫੋਟੋਆਂ ਲਾ ਕੇ ਸਾਰੇ ਪ੍ਰਸ਼ਾਸਨ ਨੂੰ ਜਿਹਨੂੰ ਵੀ ਅਰਜ਼ੀ ਦਿੱਤੀ ਆ ਨਾਲ ਦਿੱਤੀ ਆ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ। 2 ਸਾਲ ਹੋ ਗਏ, ਰਾਹ ਨਹੀਂ ਦਿੰਦਾ ਕੋਈ ਅਫਸਰ, ਨਹੀਂ ਰਾਹ ਦਿੰਦਾ। ਇਹ ਕਿ ਉਹਨਾਂ ਦੇ ਪਿਓ ਵਾਲੀ ਜ਼ਮੀਨਾਂ ਜੀ 'ਚ ਪਾਣੀ ਪਾਈ ਜਾਂਦੇ ਨੇ, ਜੇ ਉਹ ਸੜਕ 'ਤੇ ਅਸੀਂ ਕੋਈ ਵੀ ਨੁਕਸਾਨ ਕਰ ਦਈਏ ਉਹਦੀ ਕਹਿ ਦੇਣਗੇ ਸਰਕਾਰੀ ਜਾਇਦਾਦ ਆ, ਫਿਰ ਆ ਉਹਨਾਂ ਦੇ ਪਿਓ ਦੀ ਜੀ 'ਚ ਪਾਣੀ ਪਾਉਂਦੇ ਨੇ ਹੁਣ ਉਹ। ਕਿਸਾਨਾਂ ਦਾ ਜਿਹੜਾ ਦਰਦ ਆ ਬਹੁਤ ਵੱਡਾ ਆ, ਕਿਉਂਕਿ ਫਸਲ ਆ ਜਿਹੜੀ ਫਸਲ ਦੇ ਉੱਤੇ ਹੀ ਉਹਨਾਂ ਦੀ ਜਿਹੜੀਆਂ ਉਮੀਦਾਂ ਸਾਰੀਆਂ ਟਿੱਕੀਆਂ ਹੁੰਦੀਆਂ ਨੇ, ਧੀਆਂ ਭੈਣਾਂ ਦੇ ਜਿਹੜੇ ਵਿਆਹ ਹੁੰਦੇ ਨੇ ਫਸਲ ਦੇ ਉੱਤੇ ਹੀ ਡਿਪੈਂਡ ਕਰਦੇ ਨੇ, ਬੱਚਿਆਂ ਦੀ ਪੜ੍ਹਾਈ ਆ, ਦਵਾ ਦਾਰੂ ਜਿਹੜੇ ਖਰਚੇ ਨੇ, ਹੋਰ ਘਰ ਦੇ ਨਿੱਕ ਸੁੱਕ ਖਰਚੇ ਨੇ, ਜਿਹੜੇ ਸਾਰੇ ਫਸਲ ਦੇ ਉੱਤੋਂ ਹੀ ਹੋਣੇ ਹੁੰਦੇ ਨੇ। ਜੇ ਫਸਲ ਹੀ ਨਾ ਰਹੀ ਤਾਂ ਫਿਰ ਕਿਸਾਨ ਕੀ ਕਰੂਗਾ? ਫਿਰ ਆਪਾਂ ਕਹਿ ਤਾਂ ਦਿੰਦੇ ਵੀ ਕਿਸਾਨ ਫਾਹੇ ਕਿਉਂ ਲੈ ਰਿਹਾ, ਅਜਿਹੀਆਂ ਇਹ ਨਿੱਕੇ ਨਿੱਕੇ ਜਿਹੜੀਆਂ ਗੱਲਾਂ ਨੇ, ਜੇ ਪ੍ਰਸ਼ਾਸਨ ਉਹਨਾਂ ਵੱਲ ਧਿਆਨ ਕਰ ਲਵੇ ਤਾਂ ਸ਼ਾਇਦ ਕਿਸਾਨਾਂ ਨੂੰ ਸੁੱਖ ਦਾ ਸਾਹ ਕਿਤੋਂ ਨਾ ਕਿਤੋਂ ਮਿਲ ਜਾਵੇ। ਅਸੀਂ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਵੀ ਇਸ ਬਾਰੇ 'ਚ ਕੋਸ਼ਿਸ਼ ਕਰਾਂਗੇ ਜੀ। ਧੰਨਵਾਦ।